एक बार फिर से सर्व भारत नौजवान सभा और ऑल इंडिया स्टूडेंट फेडरेशन द्वारा पुतला फूंक प्रदर्शन किया गया। इस बार उनकी ओर से गांव दोना नानका में डीसी फाजिल्का का पुतला फूंका गया। नेताओं का कहना है, जब तक उनकी मांगों का समाधान नहीं होता तब तक उनका पुतला फूंक प्रदर्शन इसी तरह से जारी रहेगा। जिवें कि पिछले कुछ समय तो बार्डर पट्टी के लोगों वास्ते डीसी साहब नूं दो बार आपां मंग पत्र दे चुके हाँ, पर मंग पत्र देने दे बावजूद लगभग दो महीने हो गए हैं। डीसी साहब दे कण ते जू नहीं सरकी। अजे तक पानी आन तो बाद पानी आए तो कई बार पुल ते आ के फोटो फोटो करा के वापस चले गए हैं, पर पानी आन तो बाद उन्हां दा इधर चक्कर नहीं लग्या। इत्थे बॉर्डर पट्टी दे लोगों वास्ते बहुत सारिया समस्यावां हैगियां, जिवें सीनियर सैकेंडरी स्कूल फाजिलका झंगड़ पैनी दे विच एक प्रिंसीपल अते सत लैक्चरर ना होण करके बच्चों की पढ़ाई की जिहड़ी है पूरी तरह खराब हो चुकी है पढ़ाई, और उस तो बाद सड़कों का बुरा हाल है, टुट चुकी है, और ना ही इतों के लोगों वास्ते खास करके जेडे साडे पढ़ने वाले बच्चे है उन्हां वास्ते कोई साधन नहीं है। असीं चाहुंदे हां कि सरकारी बसों की सेवा शुरू होवे ता कि इतों के जेडे 90% लोग है प्लस टू तो बाद अगली पढ़ाई वो बंद कर जाते हैं जे साधन ना होण करके। बसों का होना बहुत जरूरी है, और डीसी साहब नूं वार वार असीं कह रहे हैं, अज चौथी बार जिहड़ा है डीसी साहब का पुतला फूकिया गया पिंड दोना नानका दे विच, जिथों साडे मुख्यमंत्री साहब भी कहिंदे आ कि दोना नानका लाभ सिंह भैणी, रेते वाली भैणी, गुलाबा भैणी, मतलब सारे पिंडां दा नाम लैंदे आ, कहिंदे कि मेरे पोटियां ते मैनूं याद है। पर सीएम साहब सोशल मीडिया राही तुहाडे कोले वी गल्लां पहुँचदियां, और खबरां दे विच वी बहुत सारियां जिहड़ी इह खबरां लग रही हैं। बेनती करदे आ कि डीसी मैडम नूं खिचो और इन्हां नूं कहो ये गल कि जाके लोगों की सार लैन, पर ये जिहड़े गर्म कमरिया विच बैठ के गल नहीं बलनी। आने वाले दिनों दे विच लोगों दे विच रोह जिहड़ा है वो वध रहा लगातार, और लोगों के रोह नूं रोकिया नहीं जा सकता। सानू उम्मीद है जिवें लोग जाग रहे हैं, जिवें लोगों का इकट्ठ हो रहा है, वह एक दिन जरूर जिहड़ा है डीसी साहब तक पहुँच करनगे, और असीं उन्हां दे अगे अगवाई करांगे, उन्हां दे नाल खड़ांगे। ਸੁਬੇਗ ਸਿੰਘ ਸਰ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਸਕੱਤਰ। ਅਸੀਂ ਲੜੀਵਾਰ ਡੀਸੀ ਮੈਡਮ ਦੇ ਪੁਤਲੇ ਫੂਕ ਰਹੇ ਹਾਂ, ਜੋ ਸਾਡੀਆਂ ਇਲਾਕੇ ਦੀਆਂ ਬਾਰਡਰ ਪੱਟੀ ਦੀਆਂ ਮੰਗਾਂ ਹਨ ਉਹਨਾਂ ਨੂੰ ਪੂਰਾ ਕਰਾਉਣ ਦੇ ਲਈ। ਤਾਂ ਅੱਜ ਅਸੀਂ ਜਿਹੜਾ ਚੌਥਾ ਪੁਤਲਾ ਪਿੰਡ ਦੋਨਾ ਨਾਨਕਾ ਵਿਖੇ ਫੂਕ ਰਹੇ ਹਾਂ। ਪਹਿਲਾਂ ਸ਼ੁਰੂਆਤ ਕੀਤੀ ਸੀ ਪਿੰਡ ਚੰਗੜ ਪੈਣੀ ਤੋਂ, ਉਸ ਤੋਂ ਬਾਅਦ ਤੇਜਾ ਰਵੇਲਾ, ਫਿਰ ਮਾਤਮ ਨਗਰ। ਅੱਜ ਅਸੀਂ ਚੌਥਾ ਪੁਤਲਾ ਜਿਹੜਾ ਡੀਸੀ ਮੈਡਮ ਦਾ ਪਿੰਡ ਦੋਨਾ ਨਾਨਕਾ ਵਿੱਚ ਫੂਕ ਰਹੇ ਹਾਂ। ਤਾਂ ਅਸੀਂ ਮੰਗ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਇਹ ਚਾਰ ਮੰਗਾਂ ਨੇ, ਪਹਿਲਾ ਨੰਬਰ ਸਕੂਲ ਦੇ ਵਿੱਚ ਜਿਹੜਾ ਸਟਾਫ ਦੀ ਘਾਟ ਹੈ ਉਹਨੂੰ ਤੁਰੰਤ ਪੂਰਾ ਕੀਤਾ ਜਾਵੇ, ਇੱਕ ਬਿਲਡਿੰਗ ਉੱਥੇ ਖਸਤਾ ਹਾਲਤ ਵਿੱਚ ਉਸ ਨੂੰ ਉੱਥੋਂ ਹਟਾਇਆ ਜਾਵੇ। ਉਹ ਤੋਂ ਇਲਾਵਾ ਜਿਹੜਾ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਸਾਡੇ ਇਸ ਇਲਾਕੇ ਨੂੰ ਕੋਈ ਵੀ ਸਰਕਾਰੀ ਬੱਸ ਨਹੀਂ ਦਿੱਤੀ ਗਈ। ਅਸੀਂ ਉਹ ਜਿਹੜੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਬੱਸ ਸੇਵਾ ਇੱਧਰ ਚਾਲੂ ਕੀਤੀ ਜਾਵੇ, ਕਿਉਂਕਿ ਸਾਡੇ ਬੱਚੇ ਜਿਹੜੇ ਨੇ ਪਲੱਸ ਟੂ ਤੋਂ ਬਾਅਦ ਪੜ੍ਹਾਈ ਵਿੱਚ ਹੀ ਛੱਡ ਜਾਂਦੇ ਹਨ। ਮੇਨ ਕਾਰਨ ਹੈ ਜਿਹੜਾ ਵਹੀਕਲ ਦਾ ਨਾ ਹੋਣਾ, ਖਾਸ ਕਰਕੇ ਸਾਡੀਆਂ ਲੜਕੀਆਂ ਜਿਹੜੀਆਂ ਨੇ ਉਹ ਵਿੱਦਿਆ ਉੱਚ ਵਿੱਦਿਆ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਇਸ ਤੋਂ ਇਲਾਵਾ ਜਦੋਂ ਹੜ੍ਹ ਆਏ ਸੀ ਪਿਛਲੇ ਸਮੇਂ ਤਾਂ ਸਾਡੀਆਂ ਤਦ ਦੀਆਂ ਸੜਕਾਂ ਟੁੱਟ ਚੁੱਕੀਆਂ ਹਨ। ਤਾਂ ਅਸੀਂ ਡੀਸੀ ਮੈਡਮ ਤੋਂ ਮੰਗ ਕਰਦੇ ਹਾਂ ਕਿ ਹੜ੍ਹਾਂ ਦੇ ਸਮੇਂ ਉਹ ਕਹਿੰਦੇ ਸੀ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਇਹ ਸੜਕਾਂ ਬਣਾ ਦੇਵਾਂਗੇ, ਪਰ ਹੁਣ 3-4 ਮਹੀਨੇ ਬੀਤ ਜਾਣ ਦੇ ਬਾਵਜੂਦ ਕੋਈ ਇੱਕ ਉਹਨਾਂ 5 ਪੈਸੇ ਦਾ ਕੰਮ ਨਹੀਂ ਕੀਤਾ ਇਸ ਏਰੀਏ ਦੇ ਵਿੱਚ।
ਉਹ ਸੜਕਾਂ ਟੁੱਟੀਆਂ ਹੋਣ ਕਾਰਨ ਕੋਈ ਵੀ ਵੱਡਾ ਜਾਨੀ ਔਰ ਮਾਲੀ ਨੁਕਸਾਨ ਹੋ ਸਕਦਾ ਹੈ ਤਾਂ ਸਰਕਾਰਾਂ ਉਸ ਨੂੰ ਉਡੀਕ ਰਹੀਆਂ ਹਨ ਕਿ ਕੋਈ ਘਟਨਾ ਵਾਪਰੇ ਤਾਂ ਫਿਰ ਅਸੀਂ ਇਹ ਮੰਗਾਂ ਜਿਹੜੀਆਂ ਪੂਰੀਆਂ ਕਰੀਏ ਤਾਂ ਅਸੀਂ ਉਹਨਾਂ ਨੂੰ ਇਹ ਸੁਨੇਹਾ ਦਿੰਦੇ ਹਾਂ ਕਿ ਜਲਦੀ ਜਲਦੀ ਇਹ ਸਾਡੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਜੇਕਰ ਨਾ ਪੂਰੀਆਂ ਹੋਈਆਂ ਤਾਂ ਅਸੀਂ ਵੱਡਾ ਐਕਸ਼ਨ ਲੈਣ ਲਈ ਤਿਆਰ ਹੋਵਾਂਗੇ। ਸਭ ਤੋਂ ਪਹਿਲਾਂ ਬੇਨਤੀ ਹੈ ਜੋ ਕਿ ਅਸੀਂ ਲਗਾਤਾਰ ਪੁਤਲਾ ਫੂਕਣ ਦੀ ਰਸਮ ਕਰ ਰਹੇ ਹਾਂ, ਪਿੰਡ ਚੰਗੜ ਪਿੰਡ ਤੋਂ ਸ਼ੁਰੂਆਤ ਕੀਤੀ ਔਰ ਉਸ ਤੋਂ ਬਾਅਦ ਤੇਜਾ ਰੇਲਾ ਤੋਂ ਬਾਅਦ ਪਿੰਡ ਮਾਤਮ ਨਗਰ ਔਰ ਚੌਥੀ ਜਗ੍ਹਾ 'ਤੇ ਜਿਹੜਾ ਪਿੰਡ ਹੈ ਦੋਨਾਂ ਨਾਨਕ ਅਸੀਂ ਉੱਥੇ ਆਏ ਹਾਂ, ਜੋ ਕਿ ਬਹੁਤ ਹੀ ਜਿਹੜੇ ਲੋਕ ਇੱਥੋਂ ਇਕੱਠੇ ਹੋਏ ਆ ਸਾਡੇ ਸਾਥ ਹੈ ਸਾਡੇ ਨਾਲ ਆ। ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀ ਅਸੀਂ ਮੰਗਾਂ ਰੱਖੀਆਂ ਸੀ ਚਾਰ ਔਰ ਜੋ ਵੀ ਅਸੀਂ ਕਾਰਵਾਈ ਕੀਤੀ ਸੀ ਉਹਦਾ ਕੋਈ ਹੱਲ ਨਹੀਂ ਹੋ ਰਿਹਾ ਔਰ ਅਸੀਂ ਇਹ ਚਾਹੁੰਦੇ ਹਾਂ ਵੀ ਜੋ ਅਸੀਂ ਮੰਗਾਂ ਸਾਡੀ ਚਾਰ ਹੈਗੀਆਂ ਨੇ, ਸਕੂਲ ਵਿੱਚ ਜਿਵੇਂ ਸਟਾਫ ਨਹੀਂ ਪੂਰਾ ਹੈਗਾ, ਰੋਡ ਟੁੱਟੇ ਆ, ਰੋਡ ਨਹੀਂ ਬਣ ਰਿਹਾ ਔਰ ਜਿਹੜੀ ਬੱਸ ਦੀ ਲੋੜ ਹੈ ਬੱਸ ਦੀ ਸੁਵਿਧਾ ਉਹ ਵੀ ਨਹੀਂ ਹੈਗੀ ਔਰ ਇੱਕ ਜਿਹੜੀ ਸਰਕਾਰੀ ਸਕੂਲ ਚੰਗੜ ਪੈਣੀ ਵਿੱਚ ਜਿਹੜੀ ਇਹ ਬਿਲਡਿੰਗ ਹੈ ਖਸਤਾ ਖੜੀ ਹੈ, ਬਹੁਤ ਹੀ ਮੰਦੀ ਹਾਲਤ 'ਚ ਗਈ ਹੈ, ਅਗਰ ਉਹਦੇ 'ਚ ਡਿੱਗਦੀ ਹੈ ਤਾਂ ਬਹੁਤ ਹੀ ਬੱਚਿਆਂ ਦਾ ਨੁਕਸਾਨ ਹੋ ਸਕਦਾ ਹੈ ਔਰ ਸਾਡੀ ਇਹ ਬੇਨਤੀ ਹੈ DC ਸਾਹਿਬ ਨੂੰ ਕਿ ਇਹ ਜਿਹੜੀ ਸਾਡੀ ਚਾਰ ਮੰਗਾਂ ਨੇ ਪੂਰੀਆਂ ਕੀਤੀਆਂ ਜਾਣ, ਅਗਰ ਇਹ ਚਾਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਹਾਈ ਲੈਵਲ 'ਤੇ ਜਾ ਕੇ ਧਰਨੇ ਲਗਾਵਾਂਗੇ। ਸਾਡੇ ਨਾਲ ਬਹੁਤ ਹੀ ਜਿਹੜੇ ਬਾਰਡਰ ਪੱਟੀ ਦੇ ਜਿਹੜੇ 12-13 ਪਿੰਡ ਹੈਗੇ ਆ ਲਗਭਗ, ਉੱਥੋਂ ਦੇ ਜਿੰਨੇ ਵੀ ਲੋਕ ਆ ਸਾਡਾ ਸਾਥ ਦੇ ਰਹੇ ਆ ਔਰ ਸਾਡੇ ਨਾਲ ਖੜੇ ਆ ਯੂਥ ਜਿਹੜੇ ਬੱਚੇ ਸਟੂਡੈਂਟ ਹੈਗੇ ਆ ਉਹ ਵੀ ਸਾਡੇ ਨਾਲ ਸਾਥ ਦੇ ਰਿਹਾ। ਅਗਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਅਸੀਂ ਜਾ ਕੇ ਧਰਨੇ ਲਗਾਵਾਂਗੇ ਔਰ DC ਸਾਹਿਬ ਦਾ ਜਿਹੜਾ ਆਫਿਸ ਹੈ ਉੱਥੇ ਜਾ ਕੇ ਧਰਨੇ ਲਾਵਾਂਗੇ, ਉਸ ਨੂੰ ਬੰਦ ਕਰਾਂਗੇ ਕਿਉਂਕਿ ਸਾਡੀ ਜਾਇਜ਼ ਮੰਗਾਂ ਨੇ, ਅਸੀਂ ਕਿਸੇ ਅੱਗੇ ਇਹ ਨਹੀਂ ਕਹਿ ਰਹੇ ਵੀ ਸਾਡੀ ਜ਼ਰੂਰਤ ਹੈ ਜਾਂ ਅਸੀਂ ਕਿਸੇ ਕੋਲੋਂ ਮੰਗ ਰਹੇ ਹਾਂ, ਅਸੀਂ ਆਪਣੇ ਹੱਕ ਦੇ ਲਈ ਲੜ ਰਹੇ ਹਾਂ ਔਰ ਸਾਡਾ ਹੱਕ ਵੀ ਬਣਦਾ ਹੈ ਕਿ ਅਸੀਂ ਆਪਣੇ ਹੱਕ ਲਈ ਲੜੀਏ ਔਰ ਮੈਂ ਇਹੀ ਬੇਨਤੀ ਕਰਦਾ DC ਸਾਹਿਬ ਨੂੰ ਕਿ ਜਿਹੜੀ ਸਾਡੀ ਰੋਜ਼ ਦੀ ਖਬਰ ਲੱਗਦੀ ਹੈ ਇਹਦੀ ਸੁਣਵਾਈ ਕੀਤੀ ਜਾਵੇ, ਇਹਦੇ 'ਤੇ ਕਾਰਵਾਈ ਕੀਤੀ ਜਾਵੇ ਔਰ ਜ਼ਿਆਦਾ ਨਹੀਂ ਤਾਂ ਹੌਲੀ ਹੌਲੀ ਇਸ ਕੰਮ ਨੂੰ ਸ਼ੁਰੂ ਕੀਤਾ ਜਾਵੇ ਤਾਂ ਕਿ ਇਹ ਜ਼ਰੂਰਤਮੰਦ ਲੋਕਾਂ ਦੀ ਜਿਹੜੀ ਜ਼ਰੂਰਤਾਂ ਨੇ ਪੂਰੀਆਂ ਹੋਣ ਤਾਂ ਕਿ ਜਿਹੜੀ ਲੜਕੀਆਂ ਨੂੰ ਸਿੱਖਿਆ ਬਹੁਤ ਉੱਚੀ ਤਰੀਕੇ ਨਾਲ ਪ੍ਰਾਪਤ ਹੋ ਸਕੇ ਜੀ।